1965 ਦੀ ਭਾਰਤ ਪਾਕ ਜੰਗ ਵਿੱਚ ਸ਼ਹਾਦਤ ਦਾ ਜਾਮ ਪੀਣ ਵਾਲੇ ਵੀਰ ਚੱਕਰ ਵਿਜੇਤਾ ਮੇਜਰ ਭਗਤ ਸਿੰਘ ਦਾ 58ਵਾਂ ਸ਼ਹੀਦੀ ਦਿਵਸ ਪਿੰਡ ਕਲਾ ਨੰਗਲ ਵਿੱਚ ਸ਼ਹੀਦ ਦੀ ਯਾਦ ਵਿੱਚ ਬਣੇ ਸਟੇਡੀਅਮ ਵਿੱਚ ਸ਼ਹੀਦ ਦੇ ਭਤੀਜੇ ਪ੍ਰੋਫੈਸਰ ਹਰਬੰਸ ਸਿੰਘ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ, ਜਿਸ ਵਿੱਚ SDM ਅਮਨਦੀਪ ਕੌਰ ਕੁੰਮਣ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਹਨਾਂ ਤੋਂ ਇਲਾਵਾ ਸ਼ਹੀਦ ਦੇ ਭਤੀਜੇ ਰਵਿੰਦਰ ਸਿੰਘ, ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਬਿੱਕੀ, ਸ਼ਹੀਦ ਲੈਫਟੀਨੈਂਟ ਮਨਦੀਪ ਸਿੰਘ, ਅਸ਼ੋਕ ਚੱਕਰ ਦੇ ਪਿਤਾ ਕੈਪਟਨ ਜੋਗਿੰਦਰ ਸਿੰਘ ਆਦਿ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ ਅਤੇ ਸ਼ਹੀਦ ਮੇਜਰ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਲਾਈਵ ਪੰਜਾਬ ਨਿਊਜ਼ ਦੇ ਪੱਤਰਕਾਰ ਸੋਨੂੰ ਥਾਪੜ ਦੀ ਗੁਰਦਾਸਪੁਰ ਤੋਂ ਵਿਸ਼ੇਸ਼ ਰਿਪੋਰਟ। ਜਦ ਸ਼ਹਾਦਤ ਦੀ ਖਬਰ ਆਈ, ਮਾਂ ਆਪਣੇ ਲਈ ਨੂੰਹ ਦੇਖਣ ਜਾਣ ਵਾਲੀ ਸੀ, ਤਿਆਰ ਹੋ ਰਹੀ ਸੀ, ਪਤਾ ਲੱਗਿਆ ਕਿ ਪੁੱਤ ਨੂੰ ਗੋਲੀ ਲੱਗੀ ਹੈ, ਪਿਤਾ ਨੂੰ ਦੱਸ ਦਿੱਤਾ ਗਿਆ, ਅਸੀਂ ਗਏ ਲੇਕਿਨ ਉਹ ਜ਼ਖਮੀ ਹੋਇਆ। ਉਹ ਮਾਂ ਸਾਰੀ ਰਾਤ ਮੰਦਰ ਦੇ ਦੀਆਂ ਜਗਾ ਕੇ ਬੈਠੀ ਰਹੀ ਕਿ ਮੇਰਾ ਪੁੱਤ ਸਵੇਰੇ ਘਰੇ ਠੀਕ ਠਾਕ ਆਵੇ, ਲੇਕਿਨ ਪੁੱਤ ਸਵੇਰੇ ਤੰਗੇ ਚ ਲਿਟਿਆ ਘਰੇ, ਆਪਣੇ ਪੁੱਤ ਵੱਲ ਦੇਖ ਰਹੀ ਸੀ। ਜਦ ਉਸਦੀ ਅੰਤਿਮ ਯਾਤਰਾ ਸ਼ੁਰੂ ਹੋਈ, ਆਪਣੀ ਨੂੰ ਮੁੰਡਾ ਦੇ ਕੇ ਸ਼ਮਸ਼ਾਨ ਤੱਕ ਲੈ ਜਾ ਕੇ ਪਾਕਿਸਤਾਨ ਨੂੰ ਸੰਦੇਸ਼ ਦਿੱਤਾ ਕਿ ਪੰਜਾਬ ਦੀ ਮਾਵਾਂ ਦੇ ਮੁੰਡੇ ਵਿੱਚ ਇੰਨੀ ਤਾਕਤ ਹੈ ਕਿ ਪੁੱਤ ਨੂੰ ਸ਼ਮਸ਼ਾਨ ਤੱਕ ਲੈ ਕੇ ਜਾ ਸਕਦੀ ਹੈ। ਆਪਣੇ ਘਰ ਦਾ ਨਾਂ ਹੀ ਸ਼ੋਰੇ ਕੁਟੀਰ ਰੱਖ ਦਿੱਤਾ। ਅੱਜ ਉਹ ਪਰਿਵਾਰ, ਅਸੀਂ ਉਹਨਾਂ ਨੂੰ 1965 ਵਿੱਚ ਉਹਨਾਂ ਦੀ ਭਰਤੀ ਹੋ ਗਈ ਸੀ ਲੈਫਟੀਨੈਂਟ ਵਜੋਂ। ਹੁਣ ਇੱਥੇ ਬਹੁਤ ਸਾਰੇ ਬੱਚੇ ਵੀ ਸਾਡੇ ਬੈਠੇ ਹੋਏ ਨੇ, ਸਾਰੇ ਬਜ਼ੁਰਗ ਸਾਹਿਬ ਵੀ ਬੈਠੇ ਹੋਏ ਨੇ। ਸੋ ਇਹ ਬੜੀ ਹੈਰਾਨੀ ਵਾਲੀ ਗੱਲ ਸੀ। ਦੇਖੋ 1962 ਦਾ ਸਮਾਂ ਸੀਗਾ, ਉਸ ਸਮੇਂ ਜਿਹੜੀ BSC ਕੀਤੀ ਹੋਊਗੀ ਉਹ ਕਿੰਨਾ ਜ਼ਿਆਦਾ ਲਾਇਕ ਹੋਣਗੇ, ਬਹੁਤ ਜ਼ਿਆਦਾ। ਸ਼ਹੀਦ ਮੇਜਰ ਭਗਤ ਸਿੰਘ ਜੀ, ਉਹਨਾਂ ਦੇ ਸ਼ਹੀਦੀ ਦਿਵਸ ਦੇ ਸਮਾਗਮ ਦੇ ਵਿੱਚ ਇੱਥੇ ਪਹੁੰਚੇ ਹਾਂ। ਬੜਾ ਵਧੀਆ ਪ੍ਰਬੰਧ ਕੀਤਾ ਹੋਇਆ ਪਿੰਡ ਦੀ ਪੰਚਾਇਤ ਨੇ, ਇੱਥੇ ਵਾਲੀਬਾਲ ਦਾ ਮੈਚ ਹੋਣਾ। ਸੋ ਇਹ ਬਹੁਤ ਜ਼ਰੂਰੀ ਹੈ ਇਸ ਤਰ੍ਹਾਂ ਦੇ ਸਮਾਗਮ ਕਰਵਾਉਣੇ, ਕਿਉਂਕਿ ਜੇਕਰ ਅਸੀਂ ਆਪਣੇ ਸ਼ਹੀਦਾਂ ਨੂੰ ਹਮੇਸ਼ਾ ਇਸ ਤਰ੍ਹਾਂ ਯਾਦ ਰੱਖਾਂਗੇ ਤਾਂ ਹੀ ਸਾਡੀ ਕੌਮ ਜਿਹੜੀ ਹੈ, ਸਾਨੂੰ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਚੱਲਦਾ ਹੈ ਕਿ ਸਾਡਾ ਪਿਛੋਕੜ ਕੀ ਹੈ, ਸਾਡੀ ਕੌਮ ਨੇ ਕੀ ਹੁਣ ਤੱਕ ਸਾਰੀਆਂ ਕੁਰਬਾਨੀਆਂ ਦਿੱਤੀਆਂ ਹੋਈਆਂ ਨੇ। ਸੋ ਬੜਾ ਵਧੀਆ ਉਪਰਾਲਾ ਕੀਤਾ ਗਿਆ ਪਿੰਡ ਦੀ ਪੰਚਾਇਤ ਵੱਲੋਂ। ਮੇਰਾ ਕੋਟ ਪ੍ਰਣਾਮ ਹੈ ਸ਼ਹੀਦ ਸਰਦਾਰ ਮੇਜਰ ਭਗਤ ਸਿੰਘ ਜੀ ਨੂੰ ਅਤੇ ਉਹਨਾਂ ਦੇ ਜੋ ਵੀ ਪਰਿਵਾਰਕ ਮੈਂਬਰ, ਮੈਨੂੰ ਪਤਾ ਚੱਲਿਆ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਕੋਈ ਨੇੜੇ ਰਿਸ਼ਤੇਦਾਰ ਨਹੀਂ ਹੈਗੇ, ਬਟ ਸਾਰੇ ਦੂਰ ਦੇ ਹੀ ਪਰਿਵਾਰਕ ਮੈਂਬਰ ਹੈਗੇ ਨੇ। ਸੋ ਕੋਟ ਪ੍ਰਣਾਮ ਹੈ ਉਹਨਾਂ ਨੂੰ। ਸੋ ਬੜਾ ਅੱਛਾ ਪ੍ਰਬੰਧ ਕੀਤਾ ਗਿਆ ਇੱਥੇ, ਧੰਨਵਾਦ। ਹਾਂਜੀ ਬਿਲਕੁਲ, ਇਹ ਬਹੁਤ ਸਮੇਂ ਦੀ ਲੋੜ ਆ ਕਿ ਇਸ ਤਰ੍ਹਾਂ ਦੇ ਖੇਡ ਮੁਕਾਬਲੇ ਹੋਣੇ ਚਾਹੀਦੇ ਆ। ਸਗੋਂ ਇਹ ਬਹੁਤ ਵਧੀਆ ਉਪਰਾਲਾ ਸੀਗਾ ਸਾਡੀ ਪਿੰਡ ਦੀ ਪੰਚਾਇਤ ਆ ਕਿ ਉਹ ਸ਼ਹੀਦੀ ਦਿਵਸ ਨੂੰ ਇਸ ਤਰ੍ਹਾਂ ਮਨਾ ਰਹੇ ਆ। ਇਹ ਬੱਚਿਆਂ ਨੂੰ ਇੱਕ ਵਧੀਆ ਰਾਹ ਦੇ ਉੱਪਰ ਲੈ ਕੇ ਜਾਣ ਦਾ ਇੱਕ ਵਧੀਆ ਉਪਰਾਲਾ। ਜੋ ਕਿ ਅੱਜ ਅਸੀਂ ਸ਼ਹੀਦ ਮੇਜਰ ਭਗਤ ਸਿੰਘ ਜੀ ਦੀ 55ਵੀਂ ਬਰਸੀ ਨੂੰ ਸਮਰਪਿਤ, ਉਹਨਾਂ ਦੇ ਪਰਿਵਾਰ ਵੱਲੋਂ ਸਾਨੂੰ ਕਲੱਬ ਨੂੰ ਅਤੇ ਨਗਰ ਨਿਵਾਸੀ ਕਾਲਾਨੰਗ ਦੇ ਸਾਰੇ ਪਤਵੰਤਿਆਂ ਵੱਲੋਂ ਰਲ ਮਿਲ ਕੇ ਉਹਨਾਂ ਦੀ ਯਾਦ ਵਿੱਚ ਇਹ ਸਮਾਗਮ ਮਨਾ ਰਹੇ ਹਾਂ। ਇਸ ਸਮਾਗਮ ਦੇ ਵਿੱਚ ਅਸੀਂ ਆਪਣੇ ਇਲਾਕੇ ਦੇ ਜਾਂ ਦੂਰ ਨੇੜਿਓਂ ਆਏ ਹੋਏ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕਰ ਰਹੇ ਹਾਂ ਅਤੇ ਉਹਨਾਂ ਬੱਚਿਆਂ ਨੂੰ ਸਨਮਾਨਿਤ ਕਰ ਰਹੇ ਹਾਂ ਜਿਨ੍ਹਾਂ ਨੇ ਸ਼ਹੀਦ ਮੇਜਰ ਭਗਤ ਸਿੰਘ ਦੀ ਇਸ ਇੰਸਟੀਟਿਊਸ਼ਨ ਦੇ ਵਿੱਚੋਂ ਪੜ੍ਹਾਈ ਕਰਕੇ ਉੱਚੇ ਉੱਚੇ ਅਹੁਦਿਆਂ 'ਤੇ ਪਹੁੰਚੇ ਹਨ, ਜਿਵੇਂ ਕਿ ਬੇਟੀ ਕੋਮਲਪ੍ਰੀਤ ਕੌਰ ਜੋ ਪਿਛਲੇ ਸਾਲ ਫਲਾਇੰਗ ਅਫਸਰ ਜਿਹੜੀ ਆ ਸਿਲੈਕਟ ਹੋਈ ਹੈ, ਬੇਟਾ ਅਜੇਪਾਲ ਸਿੰਘ ਆਲੇ ਚੱਕ ਤੋਂ, ਜਿਹੜੇ ਕਿ ਇੱਕ ਗਰੀਬ ਮੋਟਰਸਾਈਕਲ ਮਕੈਨਿਕ ਦੇ ਬੇਟੇ ਨੇ, ਉਹਨਾਂ ਨੇ UPSC ਕਲੀਅਰ ਕਰਕੇ ਉੱਚੇ ਅਹੁਦੇ 'ਤੇ ਪਹੁੰਚੇ ਹੈ। ਇਸ ਸਕੂਲ ਦੇ ਵਿੱਚੋਂ 4 ਪ੍ਰੋਫੈਸਰ ਪੈਦਾ ਹੋਏ ਨੇ, 2 ਲੱਖੋਵਾਲ ਤੋਂ ਪ੍ਰੋਫੈਸਰ ਸ਼ਰਦਿਆਲ ਜੀ ਅਤੇ ਉਹਨਾਂ ਦੇ ਛੋਟੇ ਭਰਾ। ਮੈਂ ਖੁਦ ਵੀ ਇਸ ਸਕੂਲ ਤੋਂ ਪੜ੍ਹ ਕੇ ਪ੍ਰੋਫੈਸਰੀ ਕੀਤੀ, ਮੇਰਾ ਬੇਟਾ ਵੀ ਸਰਬਜੀਤ ਸਿੰਘ, ਡਾਕਟਰ ਸਰਬਜੀਤ ਸਿੰਘ ਜੀ ਪ੍ਰੋਫੈਸਰ ਹੈ, ਹੋਰ ਵੀ ਬੜੇ ਬੜੇ ਉੱਚੇ ਅਹੁਦਿਆਂ 'ਤੇ ਇੱਥੋਂ ਪੜ੍ਹ ਕੇ ਬੱਚੇ ਗਏ ਨੇ। ਇਸ ਸਕੂਲ ਦੇ ਪੜ੍ਹੇ ਹੋਏ ਬੱਚੇ, 2 ਬੇਟੀਆਂ MBBS ਹੋਈਆਂ ਸਿਲੈਕਟ, 4 ਬੱਚੇ BBS ਡਾਕਟਰ ਜਿਹੜੇ ਸਿਲੈਕਟ ਹੋ ਗਏ ਆ, 2 ਤਾਂ ਹੁਣ ਡਿਊਟੀ ਨੇ, 2 ਟ੍ਰੇਨਿੰਗ ਕਰ ਰਹੇ ਨੇ, ਹੋਰ ਵੀ ਬੜੇ ਬੜੇ ਉੱਚੇ ਅਹੁਦਿਆਂ 'ਤੇ ਗਏ ਨੇ। ਮੈਂ ਅੱਜ ਦੇ ਸ਼ਹੀਦੀ ਸਮਾਗਮ ਨੂੰ ਸਮਰਪਿਤ ਆਪਣੇ ਪਰਿਵਾਰ ਵੱਲੋਂ ਆਏ ਹੋਏ ਸਾਰੇ ਸੱਜਣਾਂ ਦਾ, ਸ਼ਹੀਦ ਪਰਿਵਾਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਔਰ ਆਸ ਕਰਦਾ ਕਿ ਇਹਨਾਂ ਮੇਲਿਆਂ ਨੂੰ, ਅਸੀਂ ਤਾਂ ਮੇਲਾ ਤਾਂ ਨਹੀਂ ਕਹਿ ਸਕਦਾ, ਪਰ ਇਹਨਾਂ ਸਮਾਗਮਾਂ ਨੂੰ ਵੇਖ ਕੇ ਬੱਚੇ ਆਉਣ ਵਾਲੇ ਸੰਬੰਧ ਵਿੱਚ ਸਖ਼ਤ ਮਿਹਨਤ ਕਰਕੇ ਉੱਚੇ ਉੱਚੇ ਅਹੁਦਿਆਂ 'ਤੇ ਜਾਣ ਅਤੇ ਆਪਣੇ ਜੀਵਨ ਸਫਲੇ ਕਰਨ। ਸਭ ਨੂੰ ਜੀ ਆਇਆਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬੁਝੀ ਰਾਖ ਨਹੀਂ ਅਮਰਦੀਪ ਹੂੰ, ਮਿਟ ਗਿਆ ਜੋ ਵਤਨ ਪਰ ਮੈਂ ਵੋ ਸ਼ਹੀਦ ਹੂੰ, ਮੈਂ ਵੋ ਸ਼ਹੀਦ ਹੂੰ। ਆਜ 1965 ਕੀ ਭਾਰਤ ਪਾਕ ਯੁੱਧ ਮੇਂ ਆਪਣਾ ਬਲੀਦਾਨ ਦੇਣੇ ਵਾਲੇ
शहीद मेजर भगत सिंह वीरचक्रा जी का 58वां बलिदान दिवस जो है उनके गांव पालानगर में मनाया जा रहा है। सबसे पहले तो मैं वीर भूमि को नमन करता हूं और समूह गांव वासियों को सैल्यूट करता हूं कि 58 वर्षों के बावजूद भी शहीद मेजर भगत सिंह द्वारा जलाई गई इस शमा को इन्होंने बुझने नहीं दिया। अपने भाईचारे का, अपनी एकता का जो सबूत इन्होंने आज यहाँ पर दिया है, मैं इनके सामने नतमस्तक हूँ। सो शहीद मेजर भगत सिंह जैसे योद्धा देश की भावी पीढ़ी के लिए प्रेरणा स्रोत हैं, उनके रोल मॉडल हैं। मैं आज जो स्कूल की छात्राएं यहाँ बैठी हैं उनसे भी यही कहना चाहूँगा कि ये हमारे रील हीरो हैं जिन्होंने देश के आने वाले कल के लिए अपना आज कुर्बान कर दिया। और कहते हैं यहाँ शहीदों को याद किया जाता है, नमन किया जाता है, वो स्थान तीर्थ स्थान तुल्य बन जाते हैं। जो इंसान उस मिट्टी से तिलक करता है उसे चार धामों की यात्रा का फल मिलता है। आज क्षेत्र के शहीद परिवारों ने यहाँ पर आकर शहीद मेजर भगत सिंह के परिजनों के साथ दुख साझा किया है। और सबसे बड़ी बात कि मेजर भगत सिंह जी की माता जी चले गए, पिताजी चले गए, आज तीसरी पीढ़ी है उनकी, उनके भतीजे, उनके पोत्र जो हैं वो आज गाँव वासियों के साथ मिलकर उनकी जो बलिदान दिवस मना रहे हैं, यहाँ उन्हें भावभीनी श्रद्धांजलि दे रहे हैं। वहीं एक बहुत बड़ा एक खेल मेला, वॉलीबॉल टूर्नामेंट और हॉकी, अपने कबड्डी का टूर्नामेंट करवा रहे हैं। और युवाओं को ये संदेश है कि जो युवा पीढ़ी आज नशे में डूबी हुई है, दलदल में फंसी हुई है, कि अगर देश को सही दिशा देनी है, अगर ऐसे वीर योद्धाओं के पचनों पर चलना है तो नशे रूपी कोड को त्यागना होगा और शहीदों के सपनों को साकार करके राष्ट्र निर्माण में अपना बहुमूल्य योगदान देना होगा। यही आज के दिन पर इस योद्धा को सच्ची श्रद्धांजलि है। धन्यवाद। जय हिंद, जय भारत।